ਨਮਸਤੇ ਜੀ ਸਾਰਿਆਂ ਨੂੰ। ਨਮਸਤੇ, ਰਾਮ ਰਾਮ, ਸਤਿ ਸ਼੍ਰੀ ਅਕਾਲ। ਵੀਡੀਓ ਹੋ ਚੁੱਕੇ ਆ ਸ਼ੁਰੂ। ਵੀਡੀਓ 'ਤੇ ਕਲਿੱਕ ਕਰਨ ਵਾਸਤੇ ਧੰਨਵਾਦ। ਲਾਈਕ, ਸ਼ੇਅਰ, ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ। ਅਤੇ ਅੱਪੂ ਅਤੇ ਜਸ਼ਨ ਇੱਥੇ ਹੋਲ ਦੇ ਲਾਉਂਦੇ ਆ ਜਾਲੇ, ਕਿਉਂਕਿ ਇੱਥੇ ਸਜਾਉਣਾ ਮਾਤਾ ਦਾ ਦਰਬਾਰ। ਇੱਥੇ ਹੁਣ ਮੈਂ ਲੱਗਦੀ ਹਾਂ ਸਾਫ ਸਫਾਈ ਨੂੰ, ਅਤੇ ਇਹ ਥੋੜ੍ਹੀ ਬਹੁਤੀ ਹੈਲਪ ਕਰਦੇ ਆ। ਓਏ ਬਸ ਝਾੜੂ ਟੁੱਟ ਜੂਗਾ ਨਾ, ਐਂ ਨਾ ਕਰ। ਇੱਕ ਚੀਜ਼ ਤੋਂ ਰੇਤਾ ਲੈਂਦਾ ਕਿੰਨੀਆਂ, ਅਸੀਂ ਆਪੇ ਲੱਗੇ ਹਾਂ, ਕੰਮ ਕਰਦੇ ਹਾਂ। ਮਾਤਾ ਰਾਣੀ ਦਾ ਦਰਬਾਰ ਸਜਾਉਣਾ ਇੱਥੇ। ਅੱਪੂ ਅੱਪੂ, ਉੱਥੇ ਬੋਟਾ ਜਿਹਾ ਭੰਨ ਦਿਓਗੇ? ਥੱਲੇ ਉੱਤਰ, ਥੱਲੇ ਉੱਤਰ ਜਾ। ਇੱਥੇ ਮਾੜੇ ਮੋਟੇ ਜਾਲੇ ਹੈ, ਉਵੇਂ ਤਾਂ ਨਾਲ ਨਾਲ ਸਫਾਈ ਕਰਦੇ ਰਹਿੰਦੇ ਹਾਂ। ਅਤੇ ਆਹ ਮਾੜੇ ਮੋਟੇ ਜਿਹੇ ਜਾਲੇ ਆ ਇੱਥੇ, ਆਹ ਲਾ ਦੇਣੇ। ਲੈ ਵੀ ਤਵਾ ਗਰਮ ਚੜਾ ਤਾ। ਆਹ ਜਿਹੜੀਆਂ ਛੋਲਿਆਂ ਨਾਲ ਤੋੜਦੀਆਂ ਸੀ, ਅਸੀਂ ਤਾਂ ਟਾਟਾਂ ਕਹਿੰਦੇ ਹਾਂ, ਬਾਕੀ ਪਤਾ ਨਹੀਂ ਹੋਰ ਕੋਈ ਕੀ ਕਹਿੰਦਾ। ਅਤੇ ਛੋਲਿਆਂ ਦੇ ਦਾਣੇ ਭੁੰਨਾਂਗੇ ਇਹਦੇ ਉੱਤੇ। ਹੋਲਾਂ ਬਣਾਉਣ ਵਾਲੇ ਤਾਂ ਛੋਲੇ ਹੈ ਨਹੀਂ, ਜਾਂ ਜਸ਼ਨ ਬੈਠਾ ਕੋਲੇ। ਮੈਂ ਵੀ ਭੁੰਨੀਜਣ ਲੱਗ ਗਏ। ਆਹ ਦੇਖੋ ਕਲਰ ਚੇਂਜ ਹੋ ਗਿਆ, ਦੇਖੋ ਇਹ ਇਹੋ ਜਿਹੇ ਆ ਅਤੇ ਇਹ ਇਹੋ ਜਿਹੇ ਕਾਲੇ। ਕਿਤੇ ਨਾ ਕਿਤੇ ਜਿਹੜੇ ਕੋਈ ਸ਼ਹਿਰ 'ਚ ਰਹਿੰਦੇ ਹੈ, ਉਹਨਾਂ ਨੇ ਵੀ ਕਿਤੇ ਨਾ ਕਿਤੇ ਪਿੰਡਾਂ 'ਚ ਜਾ ਕੇ ਜਾਂ ਕੋਈ ਸੇ ਰਿਸ਼ਤੇਦਾਰੀਆਂ ਵਗੈਰਾ 'ਚ ਹੋਲਾਂ ਖਾਧੀਆਂ ਹੁੰਦੀਆਂ ਸਭ ਨੇ। ਕੋਈ ਜਿਹੜੇ ਪੈਦਾਇਸ਼ੀ ਸ਼ਹਿਰ 'ਤੇ ਹੈ, ਉਹਨਾਂ ਦੀ ਵੀ ਕਿਸੇ ਨਾ ਕਿਸੇ ਦੀ ਰਿਸ਼ਤੇਦਾਰੀ ਜ਼ਰੂਰ ਹੁੰਦੀ ਹੈ ਪਿੰਡਾਂ 'ਚ। ਇਕਦਮ ਧੂੰਏਦਾਰ ਕਾਲੇ ਆ ਖੜੇ ਆ ਰੀਕਦੇ ਵੀ ਦਵਾ ਦੋ ਬਣ ਜਾਣ। ਲਿਆਂਦੇ ਭੁੰਨ ਕੇ ਅੱਗੇ ਐਵੇਂ ਬੁੜੀਆਂ ਭੁੰਨ ਲੈਂਦੀਆਂ ਅਤੇ ਦੋ ਦੋ ਮਹੀਨੇ ਤੱਕ ਖਾਈ ਜਾਂਦੇ ਭੁੰਨ ਕੇ ਠੰਡੇ ਕਰਕੇ। ਅਤੇ ਮੱਟ ਹੁੰਦੇ ਵੱਡੇ ਵੱਡੇ ਤੋੜੇ ਆ ਜਿੱਡੇ ਜਿੱਡੇ, ਅਤੇ ਰੱਖ ਦਿੰਦੀਆਂ ਅਤੇ ਖਾਈ ਜਾਂਦੇ ਰਹਿੰਦੇ। ਕਿਵੇਂ ਲੱਗੇ? ਕਿਵੇਂ ਲੱਗੇ ਬਾਈ? ਸਫਾਈ ਕਰਦੇ ਹਾਂ ਬਈ, ਪਰਸੋਂ ਨਵਰਾਤਰੇ ਹੈ, ਇੱਥੇ ਕੰਧਾਂ ਕੁੰਧਾਂ ਦੀ ਸਫਾਈ ਕਰਕੇ ਅਤੇ ਲੜੀਆਂ ਲਾਉਂਦੇ ਹਾਂ, ਲੜੀਆਂ ਡੈਕੋਰੇਸ਼ਨ ਕਰਦੇ ਹਾਂ ਪਹਿਲਾਂ, ਜੋ ਵੀ ਕੰਧਾਂ 'ਤੇ ਹੈ ਜਿੱਠਾਂ ਵਗੈਰਾ ਕੋਈ ਲੱਗੀ ਹੁੰਦੀ ਹੈ, ਚਿੜੀਆਂ ਵਗੈਰਾ ਬੈਠੀਆਂ ਹੁੰਦੀਆਂ, ਸਾਰਾ ਦੀ ਸਫਾਈ ਕਰਦੇ ਨੇ। ਸਫਾਈ ਕਰਕੇ ਅਤੇ ਫਿਰ ਲਾਵਾਂਗੇ ਲੜੀਆਂ।
ਉਹਦੇ ਦਰਸ਼ਨ ਕਰੇ ਆ ਜੈਸ ਵਾਲੇ ਨਾਲ ਚੱਕਾ ਧਰੀ ਕਰਾ ਦੇਣਗੇ। ਬਾਕੀ ਤਾਂ ਸਾਰੇ ਸਫਾਈ ਕਰ ਲਈ ਆ, ਦੁਬਾਰੇ ਕਰੀ ਜਾਂਦੇ ਹੁਣ ਇੱਕ ਵਾਰੀ ਨਾਲ ਸਫਾਈ ਹੋ ਗਈ। ਜੋ ਰੇਤਾ ਰੁਤਾ ਜਮਾਨ ਮੁੱਟਾ ਡਿੱਗ ਪੈਣ ਉਹਨਾਂ ਦੇ ਰੇਤਾ ਪੀਏ ਹਵਾ ਨਾਲ ਮੂਰਤੀਆਂ ਰੁੱਤੇ ਨਾਲ ਜੋੜ ਕੇ ਹੈਨੀ ਉਵੇਂ ਤਾਂ ਕੀ ਕਰਦੇ ਰੇਤਾ ਰੁੱਤਾ ਕਰਕੇ ਹੁੰਦਾ ਬਾਹਰ ਲੱਗੇ ਉਤਲਾ ਇਧਰਲਾ ਉਧਰਲਾ ਬਾਹਰ ਜਾ ਦਿੰਦੇ ਸਾਰੇ। ਲੈ ਵਿਲੜੀਆਂ ਲਾਤੀਆਂ, ਥੋੜ੍ਹਾ ਬਹੁਤ ਹੋਰ ਡੈਕੋਰੇਸ਼ਨ ਕਰਾਂਗੇ। ਇਸ ਪਾਸੋਂ ਤਾਂ ਚਾਨ ਹੁੰਦੀਆਂ ਨਹੀਂ, ਹਾਂ ਦੇਖੋ। ਅਤੇ ਇੱਥੋਂ ਇੱਥੋਂ ਕਰਤੀ ਸਾਰੇ ਸਫਾਈ, ਕਿਉਂਕਿ ਕੱਲ੍ਹ ਦਾ ਹੀ ਦਿਨ ਅਜੇ, ਕੱਲ੍ਹ ਦੇ ਦਿਨ 'ਚ ਕੁਛ ਪਾਠ ਦਾ ਸਮਾਨ ਵਗੈਰਾ ਸਾਰਾ ਕੁਛ ਤਿਆਰ ਕਰਨਾ ਹੋਊਗਾ। ਅਤੇ ਦਰਬਾਰ ਸੱਜੂਗਾ ਇੱਥੇ, ਦਰਬਾਰ ਦੇਖਣ ਦੇ ਵਾਸਤੇ ਤੁਹਾਨੂੰ ਮੇਰੇ ਵਲੋਗ ਦੇਖਣੇ ਪੈਣਗੇ। ਅਤੇ ਹਰ ਰੋਜ਼ ਵਲੋਗ ਦੇਖਿਓ, ਅਤੇ ਹਰ ਰੋਜ਼ ਇੱਥੇ ਮਾਂ ਦੀ ਪੂਜਾ ਹੋਇਆ ਕਰੂਗੀ ਸਵੇਰ ਸ਼ਾਮ। ਆ ਸਾਡਾ ਬਾਰ, ਅਤੇ ਉਹ ਕਿੱਕਰ ਦੇ ਪਰਲੇ ਪਾਸੇ ਪਾਰਲਰ, ਪਾਰਲਰ ਨਾ ਹੀ ਨਹੀਂ ਆਇਆ। ਅਤੇ ਅਸੀਂ ਚੱਲੇ ਹਾਂ, ਅਭੀ ਆ ਗਿਆ ਇੱਕ ਛੋਟਾ ਜਿਹਾ ਪੱਖਾ ਸਾਡਾ। ਹੁਣ ਮੈਂ ਵੀਡੀਓ ਵੀ ਆਪ ਬਣਾਵਾਂ ਅਤੇ ਓਪਨ ਵੀ ਆਪ ਕਰਾਂ। ਇੱਥੋਂ ਖੁੱਲੂਗਾ, ਤੇਰੇ ਤੋਂ ਤਾਂ ਇੱਕ ਮਹੀਨਾ ਨਹੀਂ ਖੁੱਲਦਾ। ਪੁਰਾਣੀ ਕੈਂਚੀ ਲਿਆਉਣ ਦੇ, ਮੈਨੂੰ ਕੈਂਚੀ ਹੈਗੀ ਬਈ ਮੇਰੇ ਕੋਲ। ਪਰੇ ਉਹ ਪਰੇ ਤੂੰ ਚੁੰਡੀ ਵਢਾ ਲੇਗਾ ਇਹਦੇ। ਚੱਕ ਹੋ ਗਿਆ ਓਪਨ, ਓਪਨ ਹੁਣ ਤੇਰੇ ਤੋਂ ਇਹ ਨਿਕਲਣਾ ਨਹੀਂ ਲਪਰੇ ਉਹ, ਇਹ ਵੀ ਮੈਨੂੰ ਕੱਟਣਾ ਪੈਣਾ। ਤੋੜੇਗਾ ਲੱਤ ਜੀ,
ਦੇਖ ਲੱਡੂ ਗੋਪਾਲ ਜੀ ਦਾ ਪੱਖਾ ਆ ਗਿਆ। ਪਰੇ ਹੋ ਪਰੇ ਹੋ, ਲੱਡੂ ਗੋਪਾਲ ਜੀ ਦਾ ਆ ਗਿਆ ਪੱਖਾ ਫੈਨ ਕੋਈ ਵੀ ਤਰੀਕੇ ਦਾ ਚੱਲਦਾ ਕਿ ਸਵੱਛਤਾ ਲਾਉਣੀ ਪਊਗੀ। ਲਾਲ ਸਵੱਚ ਨੱਪਿਆ ਬੰਦ ਹੋ ਜਾਂਦਾ ਤੇ ਆ ਚਿੱਟੀਆਂ ਸੁੱਚਾਂ ਇੱਕ ਦੀ ਰੇਸ ਘੱਟ, ਫਿਰ ਉਦੋਂ ਤੇਜ਼ ਫਿਰ ਉਦੋਂ ਤੇਜ਼ ਫਿਰ ਉਦੋਂ ਤੇਜ਼ ਸਲੋ ਆ ਉਸ ਤੋਂ ਥੋੜ੍ਹੇ ਤੇਜ਼ ਆ ਉਸ ਤੋਂ ਤੇਜ਼ ਆ ਸਲੋ ਉਸ ਤੋਂ ਤੇਜ਼ ਆ ਉਸ ਤੋਂ ਤੇਜ਼ ਆ ਲਾਲ ਦੇ ਨਾਲ ਸਭ ਤੋਂ ਤੇਜ਼। ਲਓ ਜੀ ਮੰਮੀ ਪੱਖੇ ਦਾ ਡੈਮੋ ਲਈ ਜਾਂਦੀ ਹੈ ਚਲਾ ਚਲਾ ਕੇ। ਲੱਡੂ ਗੋਪਾਲ ਜੀ ਵਾਸਤੇ ਅੰਦਰ ਬਣ ਕੇ ਲਾਈਟ ਜਲਾ ਲਾ, ਮਗਰਲੀ ਲਾਈਟ ਜਲਾ ਲਾ। ਤੇ ਛੋਟਾ ਜਿਹਾ ਪੱਖਾ ਲਿਆ ਕੇ ਦਿੱਤਾ ਲੱਡੂ ਗੋਪਾਲ ਜੀ। ਹੋ ਗਿਆ ਕਰਤਾ ਕੰਮ, ਉਹੀ ਜਿਹੜੇ ਤੋਂ ਮੈਂ ਡਰਦਾ ਸੀ। ਜਿਹੜੇ ਤੋਂ ਤੂੰ ਡਰਦਾ ਸੀ, ਤੂੰ ਬਸ ਡਰਦਾ ਜਦੋਂ ਅਸੀਂ ਵੀ ਡਰਦੇ। ਲੋਕੀ ਹਵਾ ਚੈੱਕ ਕਰੋ ਬਹੁਤ ਜ਼ਿਆਦਾ ਹੈ। ਲੱਡੂ ਗੋਪਾਲ ਜੀ ਉੱਤੇ ਲੱਡੂ ਗੋਪਾਲ ਜੀ ਦੇ ਮੁਕਟ ਨਾ ਉਡਾ ਦੇ ਲੱਡੂ ਗੋਪਾਲ। ਤੇ ਇੱਕ ਬੰਦੇ ਨੇ ਸੋਣਾ ਹੋਵੇ, ਜਵਾਕ ਸੁੱਤਾ ਹੋਵੇ ਤੇ ਵੀ ਬਿਨਾ ਖੜਕੇ ਵਾਲਾ, ਬਿਨਾ ਖੜਕੇ ਵਾਲਾ ਜਿਵੇਂ ਪਰੀ ਇਕੱਲੀ ਸੁੱਤੀ ਹੁੰਦੀ ਉੱਡੋ ਕੁੱਲਰ ਐਡੀ ਕੁ ਕੁੜੀ ਕਰੀ ਤੇ ਹੁਣ ਇਹ ਜਿਹਾ ਪੱਖਾ ਲਾ ਦੇਵੇ ਵਾਲੀ ਲਾਈਟ ਬਾਲਣ ਨਾ। ਹਾਂ ਫੋਨ ਵਗੈਰਾ ਕੋਲੇ ਲਾ ਦੇਵੇ, ਫੋਨ ਚਾਰਜ ਨਹੀਂ ਹੁੰਦੇ ਕਈ ਵਾਰੀ। ਕਈ ਵਾਰੀ ਤਾਂ ਫੋਨ ਫਰਿੱਜ ਨਹੀਂ, ਕਈ ਵਾਰੀ ਆਪਾਂ ਕੋਈ ਪਾਠ ਪੂਠ ਰੱਖਾ ਲੈਂਦੇ ਹਾਂ ਜਾਂ ਕੋਈ ਪ੍ਰੋਗਰਾਮ ਹੁੰਦਾ। ਹਾਂ ਉਹ ਕੋਈ ਹਲਵਾਈ ਹਲਵਾਈ ਲੱਗਿਆ ਹੁੰਦਾ, ਉਹ ਕਹਿੰਦਾ ਨਾ ਛੋਟਾ ਜਿਹਾ ਪੱਖਾ ਲਾਓ, ਪੱਖਾ ਲਿਆਓ ਤੇ ਵੱਡਾ ਪੱਖਾ ਲਾ ਦੋ ਸਾਰੇ। ਮੈਂ ਜਿਵੇਂ ਹੁਣ ਸਿਲਾਈ ਕਰਦੀ ਰਹਿੰਦੀ ਹਾਂ ਨਾ, ਠੰਡਾ ਪਵੇ ਪੱਖਾ ਸਿੱਧੀ ਮੂੰਹ ਨੂੰ ਹਵਾ ਆਵੇ। ਹਾਂ ਮੂੰਹ ਨੂੰ ਜ਼ਰੂਰਤ ਹੁੰਦੀ ਹੈ ਗਰਮੀਆਂ 'ਚ ਬਸ ਵਾਲੀ। ਅਤੇ ਛੋਟਾ ਜਿਹਾ ਪੱਖਾ ਜਿਵੇਂ ਬਾਬੇ ਕੋਲ ਲਾਇਆ ਹੋਵੇ ਤਾਂ ਵਧੀਆ ਰੱਖਦਾ, ਨਾਲੇ ਖੜਕਾ ਨਹੀਂ ਕਰਦਾ, ਨਾਲੇ ਉਹ ਵੀ ਨਹੀਂ ਪਰੇਸ਼ਾਨ ਹੁੰਦਾ, ਨਾਲੇ ਆਪਾਂ ਵੀ ਨਹੀਂ ਹੁੰਦੇ। ਉਹ ਬਸ ਕਰ ਕੋਈ ਮੰਗਣ ਆ ਜਾਊਗਾ ਰਹਿ ਨਾ ਦੇ ਤੇਰੇ ਮੰਗਣ ਦੀ ਕਿਹੜੀ ਗੱਲ ਹੈ, 1500 ਦਾ ਪੱਖਾ ਨਵਾਂ ਲਿਆ ਵੀ ਬੰਦਾ ਮੰਗਣਾ ਕਿ ਨਿੱਤ ਨਿੱਤ ਨਹੀਂ ਮੰਗਵਾ ਮਿਲਦਾ, ਫਿਰ ਆਪਣਾ ਬਣਾ ਲੈ ਮਿੱਤਰਾ ਹੈ ਬਣਾ ਲੈ ਮਿੱਤਰਾ ਉਹ ਹਾਲ ਹੈ। ਤੇ ਮੰਗਣਾ ਆਪਦੀ ਚੀਜ਼ ਬਣਾਉਣ 'ਚ ਵਿਸ਼ਵਾਸ ਰੱਖੋ। ਚਲੋ ਵੀ ਠੀਕ ਹੈ, ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਤੇ ਪੁਰਾਣੇ ਨਵੇਂ ਸਾਰੇ ਕਮੈਂਟ ਕਰਿਆ ਕਰੋ ਜ਼ਰੂਰ, ਤੇ ਵੀਡੀਓ ਦੇਖਿਆ ਕਰੋ ਫੁੱਲ। ਵੀਡੀਓ ਬਹੁਤ ਘੱਟ ਦੇਖਦੇ ਹੋ ਤੁਸੀਂ, ਇੰਨੀ ਮਿਹਨਤ ਲੱਗਦੀ ਹੈ ਬਣਾਉਣ 'ਤੇ, ਤੁਸੀਂ ਵੀਡੀਓ ਦੇਖਦੇ ਹੀ ਨਹੀਂ ਪੂਰਾ, ਤਾਂ ਫਿਰ ਐਵੇਂ ਹੋ ਜਾਂਦਾ ਵੀ ਬਣਾਉਂਦੇ ਕਾਹਦੇ ਵਾਸਤੇ। ਚਲੋ ਠੀਕ ਹੈ, ਬਾਏ 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 ਬਾਏ।